बन गए कनेडा वाले पकौड़े। और भाई की हाल है? ठीक है शर्मा जी, होर कितने कनेडा वाले किवें वापस आ गए इत्थे? ओ कनेडा वाले इत्थों मिस कॉल मार छड़दे सी पतंदर। अच्छा ठीक है, ਉੱਥੋਂ ਪੁੱਠਾ ਲਾ ਲਈ, ਮੈਂ ਉੱਥੋਂ ਪੁੱਠਾ ਲਾਉਂਦਾ ਸੀ, ਅਜੇ ਪਕੌੜੇ ਖਾਣੇ ਆ ਪਕੌੜੇ ਖਾਣੇ ਆ। ਉੱਥੇ ਬ੍ਰਾਂਚ ਖੋਲਿਆ ਏ ਅਤੇ ਹੁਣ ਮਖਾ ਯਾਰ ਹਿੰਦੁਸਤਾਨ ਵਾਲਾ ਆਪਾਂ ਸੰਭਾਲ ਲਈਏ ਜਾ ਕੇ। ਅੱਛਾ ਅੱਛਾ ਅੱਛਾ, ਹਾਂ ਤਾਂ ਕਰਕੇ ਉਹ ਆ ਜਾ ਫਿਰ ਬੈਠ। ਬਹਿਣਾ ਕਿਉਂ ਨਹੀਂ, ਆਪਦੀ ਦੁਕਾਨ ਹੈ। ਹਾਂ ਹਾਂ ਆ ਜਾ ਆ ਜਾ, ਬੈਠ 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 ਬਾਈ। ਫਿਰ ਕਨੇਡਾ ਬਾਈ ਕਿਵੇਂ ਕੰਮ ਆਈ ਪਕੌੜਿਆਂ ਵਾਲਾ ਸੀਗਾ? ਕੰਮ ਉੱਥੇ ਬਾਈ ਪਕੌੜਿਆਂ ਵਾਲਾ ਹੀ ਸੀ। ਅੱਛਾ, ਪਰ ਸਾਫ਼ ਸਫਾਈ ਦਾ ਬਹੁਤ ਧਿਆਨ ਰੱਖਣਾ ਪੈਂਦਾ। ਠੀਕ ਹੈ ਠੀਕ ਹੈ ਠੀਕ ਹੈ। ਹਾਂ ਉੱਥੇ ਆਹ 100 ਗ੍ਰਾਮ ਦੇ ਦੇ, 50 ਗ੍ਰਾਮ ਦੇ ਦੇ, ਇਹਦਾ ਉੱਥੇ ਹੈ ਨਹੀਂ ਕੰਮ। ਅੱਛਾ, ਉੱਥੇ ਤਾਂ ਚੱਲਦਾ ਭਰਾਵਾ ਡਾਲਰ ਵਾਲਾ ਹਿਸਾਬ। ਅੱਛਾ, $1 ਦੇ 3 ਪਕੌੜੇ। ਅੱਛਾ, ਹਾਂ 3 ਰੇਟ ਚੱਕਰ ਕਰਦੇ। $3 ਦੇ 10 ਪਕੌੜੇ। ਬੱਲੇ 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 ਬੱਲੇ, ਆ ਤੋਲਣ ਤੋਲਣ ਵਾਲਾ ਸਿਸਟਮ ਤਾਂ ਉੱਥੇ ਹੈ ਹੀ ਨਹੀਂ ਬਾਈ। ਇਹ ਤੇਰੀ ਤਾਂ ਚੜਾਈ ਹੈ ਫਿਰ ਪਕੌੜੇ। ਮੈਂ ਤਾਂ ਚੜਾਈ ਸਿਰਾ ਲੱਗੀ ਪਈ ਸੀ ਬਾਈ। ਗੱਲ ਤੇ ਸਹੀ ਗੱਲ ਬਾਈ, ਹਾਂ ਬੜੀ ਵਧੀਆ ਗੱਲ ਹੈ ਯਾਰ। ਗੱਲ ਤਾਂ ਤੈਨੂੰ ਪਤਾ ਹੀ ਹੈ, ਕੰਮ ਤਾਂ ਹੁਣ ਚੜਾਈ ਮੰਨ ਗਿਆ ਕਨੇਡੇ ਵਾਲੀ ਬਾਈ। ਕਨੇਡਾ ਤਾਂ ਸਿਰਾ ਭਰਾਵਾ, ਕਨੇਡਾ ਦੇ ਪਕੌੜੇ ਵੱਜਿਆ ਕਰਨਗੇ ਇੱਥੇ ਹੁਣ। ਹਾਂ ਇਹ ਕਨੇਡਾ ਵਾਲੇ। ਹਾਂਜੀ ਬਾਈ, ਗਾਹਕ ਆ ਗਿਆ, ਮੈਂ ਗਾਹਕ ਤੋੜਨਾ ਫਿਰ। ਹਾਂਜੀ ਖਾ ਕੇ ਦੱਸੀ ਕਿਹੋ ਜਿਹੇ ਬਣੇ ਆ। ਕੰਮ ਦਾ ਮਾਲਕ ਦੀ ਦੇਣ ਨਾਲ ਆਪਣਾ ਇੱਥੇ ਵੀ ਨਹੀਂ ਮਾਰ ਖਾਂਦੇ ਆਪਾਂ। ਅੱਛਾ, ਹਾਂ ਠੀਕ ਹੈ, ਇਹ ਤਾਂ ਆਪਾਂ ਨੂੰ ਭਰੋਸਾ ਮਾਲਕ। ਫਿਰ ਇਹਨਾਂ ਨੂੰ ਜਵਾਬ ਦੇ ਇੱਕ ਹੋਰ ਮੰਗਾ। ਹਾਂ ਹਾਂ ਹਾਂ, ਕੋਈ ਭਾਅ ਦੇ। ਕਨੇਡਾ ਵਾਲਾ ਡਾਲਰ ਵਾਲਾ ਹਿਸਾਬ ਹੈ ਅਤੇ ਪਤੀਜ ਪਕੌੜੇ ਖਾ ਕੇ ਦੱਸੀ ਜ਼ਰੂਰ ਕਿਵੇਂ ਬਣੇ ਆ। ਉਹ ਬਾਪੂ ਬਾਪੂ ਉਹ ਆ ਪਕੌੜੇ ਖਾ, ਇਹ ਉਹ ਮੇਰਾ ਦੋਸਤ ਨਹੀਂ ਭਾਟੀ, ਬੜੇ ਵਧੀਆ। ਮੈਂ ਕਹਿੰਦਾ ਵੀ ਉਹ ਚਲਾ ਗਿਆ ਸੀ ਅਤੇ ਖਾਣ ਨੂੰ ਚੀਜ਼ ਨਹੀਂ ਮਿਲਦੀ ਕੋਈ ਚੱਜ ਦੀ। ਅੱਛਾ, ਹੁਣ ਉਹ ਆਇਆ ਤਾਂ ਉੱਥੇ ਗਾਹਕਾਂ ਦੀ ਲਾਈਨ ਲੱਗੀ ਵੀ ਤੂੰ ਖਾ ਕੇ ਵੀ ਤੂੰ ਯਾਦ ਕਰੇਗਾ ਬਾਪੂ। ਜਿਹੜਾ ਉਹ ਭਾਟੀ ਜਿਹੜਾ ਕਨੇਡਾ। ਹਾਂ ਹਾਂ ਹਾਂ, ਉਹੀ ਹੋ ਗਈ ਫਿਰ ਤਾਂ ਪਕੌੜੇ ਤਾਂ ਵਧੀਆ ਬਣਾਉਂਦਾ ਬਾਈ ਉਹ। ਚੱਕ ਬਾਪੂ ਫਿਰ ਸਾਡੀ ਵਾਰੀ, ਹਾਂ ਆਉਂਦੀ ਮੂੰਹ ਚਲਾ। ਉਹ ਆਹ ਕੀ ਪੁੱਤ ਪਕੌੜਾ, ਹੋਰ ਕੀ ਹੈ ਪਕੌੜਾ, ਕੀ ਵਾਲ ਐਡਾ ਇਹਦੇ 'ਚ ਪਾਇਆ ਪਿਆ, ਕਿੱਥੇ ਹੈ ਉਹ? ਆਹ ਦੇਖ ਉਹਨਾਂ ਦਾ, ਉਹਦੀ ਤਾਰੀਫ ਕਰੀ ਜਾਣਾ ਉਹਨੂੰ, ਤਾਂ ਹੀ ਤਾਂ ਕਨੇਡਾ 'ਚੋਂ ਕੱਢਿਆ ਉਹਨੂੰ ਧੱਕੇ ਮਾਰ ਕੇ। ਹਾਂ ਅਤੇ ਵਾਲਾ ਬੋਲੇ ਪੈਰਵਾਈ ਨਹੀਂ ਕਰਦਾ ਪੂਰੀ ਗੱਲ ਉਹਦੀ। ਸਹੀ ਹੈ, ਹੈਂ ਗੱਲ ਤੇਰੀ ਸਹੀ ਹੈ ਬਾਪੂ, ਸਹੀ ਹੈ। ਹਾਂ ਉਹਨੂੰ ਕਹਿ ਜਾ ਕੇ ਉਹਨੂੰ ਗੱਲ ਕਰ, ਉਹਦੇ ਨਾਲ ਜਾ ਕੇ ਪਕੌੜੇ ਮੋੜ ਕੇ ਉਹਨੂੰ ਕਹਿ ਚੱਲ ਬਈਆ। ਆ ਫੁੱਟਬਾਲ ਕਿਵੇਂ ਆਉਂਦੀ ਹੈ ਦੁਬਾਰੇ? ਮੈਨੂੰ ਲੱਗਦਾ ਹੋਰ ਲੈਣ ਆਇਆ ਹੋਣਾ, ਸਵਾਦ ਲੱਗੇ ਹੋਣੇ। ਹਾਂ ਹਿੰਦੁਸਤਾਨ ਤੇ ਕੈਨੇਡਾ ਦੀ ਥਿਉਰੀ ਦਾ ਤੂੰ ਸਮਝਾ ਲਾ। ਉੱਥੇ ਮੇਰੇ ਬਰਾਬਰ ਜਾ ਕੇ ਬਹਿ ਕੇ 10 ਲਵਾਈ ਹੋਰ। ਅੱਛਾ, ਕੰਪੀਟੀਸ਼ਨ ਹੋ ਗਿਆ ਹੋ ਗਿਆ, ਹੁਣ ਆਪਣੇ ਪਕੌੜੇ ਤੇ ਉਹਨਾਂ ਦੇ ਪਕੌੜਿਆਂ 'ਚ ਫਰਕ ਕਿਵੇਂ ਪਤਾ ਲੱਗੇ? ਇਸ ਕਰਕੇ ਆਪਣਾ ਟ੍ਰੇਡ ਮਾਰਕ। ਅੱਛਾ ਅੱਛਾ ਅੱਛਾ, ਤਾਂ ਮੈਂ ਤਾਂ ਦਿਮਾਗ ਦੀ ਬੋਝ ਲੈ ਗਿਆ ਵਾਲ ਪਾ ਪਾ ਦਈਏ ਤੂੰ। ਅੱਛਾ 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 ਬਾਈ, ਫਿਰ ਐਂ ਕਰ, 3 ਕਿਲੋ ਵੜਾ ਫਿਰ ਗਵਾਂਢੀਆਂ ਨੂੰ ਖਵਾਉਣੇ ਆ। ਹਾਂ ਤੂੰ ਐਂ ਕਰ, 2 ਕਿਲੋ ਹੋਰ ਪਾ ਦੇ। ਲੈ ਜਾ ਬਾ ਜੀ, 2 ਕਿਲੋ ਹੋਰ ਚਾਹੀਦੇ ਨਾ। ਹਾਂ ਟ੍ਰੇਡ ਮਾਰਕ ਪਾ ਦੀ ਬਾਈ ਪੱਕਾ। ਹਾਂ ਬੇਫਿਕਰ ਰਹਿ ਯਾਰ। ਹਾਂ ਟ੍ਰੇਡ ਮਾਰਕ ਤੋਂ ਬਣਾਉਣੀ ਗੱਲ ਬਣਨੀ, ਹੁਣ ਤਾਂ ਟ੍ਰੇਡ ਮਾਰਕ ਹਰ ਚੀਜ਼ ਹੋਣਾ ਚਾਹੀਦਾ। ਖਾ ਕੇ ਦੱਸੀ ਵੀ ਪਕੌੜੇ ਬਣੇ ਕਿਵੇਂ ਆ ਬਾਈ, ਤੂੰ ਗੱਲ ਦੇ ਮੇਰਾ ਗੁੱਸਾ ਨਾ ਮੰਨੀ, ਮੈਂ ਤਾਂ ਉਹਨੇ ਨਹੀਂ ਸਮਝ ਗਿਆ ਸੀਗਾ। ਉਹ ਚਲੋ ਕਈ ਵਾਰੀ ਇੱਥੇ ਹਿੰਦੁਸਤਾਨ ਦਾ ਉਲਟ ਹੈ ਨਾ ਰਿਵਾਜ, ਪਤਾ ਨਹੀਂ ਨਾ ਉਹ ਕਦੀ ਗਈ ਹੋਈ ਤਾਂ ਯਾਰ, ਇੱਥੇ ਬਠਿੰਡਾ ਨਹੀਂ ਲੰਘੇ ਕਦੀ ਯਾਰ। ਹਾਂ ਕਨੇਡਾ ਨਹੀਂ, ਕੋਈ ਨਹੀਂ ਖਾਓ। ਠੀਕ ਆ ਬਾਈ, ਠੀਕ ਆ ਬਾਈ, ਠੀਕ ਹੈ। ਓਏ ਇਹ ਤਾਂ ਬੂਝੜ ਸੀ, ਇਹਨੂੰ ਕੀ ਪਤਾ ਸੀ ਟ੍ਰੇਡ ਮਾਰਕ ਕੀ ਹੁੰਦਾ ਹੈ, ਹੈਂ ਅਤੇ ਹੋਰ ਹੁੰਦਾ ਤਾਂ ਮਰਵਾਤਾ ਸੀਗਾ। ਉੱਥੋਂ ਵਾਲਾ ਬਿਜ਼ਨਸ ਵੀ ਫੇਲ ਹੋ ਗਿਆ ਅਤੇ ਇੱਥੋਂ ਵਾਲਾ ਵੀ ਅਖਾੜਾ ਪੱਟਿਆ ਗਿਆ ਜੀ। ਚਲੋ ਬੱਚਤ ਰਹੇਗੀ।
ਹੋਰ ਠੀਕ ਹੋ ਬਾਈ ਹਾਂ ਹਾਂ ਵਧੀਆ ਬਾਈ ਆਪਣੇ ਸੁਣਾਓ ਪਰਿਵਾਰ ਠੀਕ ਹੈ ਵਧੀਆ ਵਧੀਆ ਯਾਰ ਹੋਰ ਦੱਸੋ ਕੀ ਸੇਵਾ ਕਰੀਏ ਇੱਕ ਯਾਰ ਠੰਡੇ ਦੀ ਬੋਤਲ ਦੇ ਦੇ ਯਾਰ ਅੱਛਾ ਹੋਰ ਚਿਪਸ ਵੀ ਲੈ ਚੱਲੇ ਮੈਂ ਕਹਿੰਦਾ ਇਹਦੇ ਦੇ ਦੇ ਬਾਈ ਆ ਜਿਹੜਾ ਕੋਈ ਮਾਰਦਾ ਦਵਾਈ ਕਰਾਂਗੇ ਕਈ ਬਣੋਗੇ ਹੋਰ ਬਾਈ ਫਿਰ ਕਿੰਨਾ ਦਿਨ ਹੋ ਗਿਆ ਇਹਨੂੰ ਤੁਹਾਨੂੰ ਬਾਈ ਹੋ ਹੀ ਗਏ 10 ਕਿ ਦਿਨ ਹੋ ਗਏ ਬੜਾ ਯਾਰ ਅਦਾਸ ਹੀ ਹੋ ਗਏ ਸੀ ਅਜ ਤੱਕ ਤੇਰੇ ਬਗੈਰ ਪਤਾ ਮੇਰਾ ਛੋਟੀ ਚੱਲੋ ਛੋਟੀ तेरा चाचा लेके तो गया सी 5 किलो किधर गए भतीजा फिक्र ना कर हुणी पा दिने आ वाह जी वाह ਹਾਲਾ ਖਾ ਕੇ ਦੱਸੀ ਜ਼ਰੂਰ ਪਕੌੜੇ ਬਣੇ ਕਿਵੇਂ ਹੈ ਹਾਂ ਠੀਕ ਆ ਜਾ ਖਾਣਾ ਬਣ ਗਿਆ ਚਾਹ ਪਕੌੜੇ ਮੈਂ ਆ ਤੇ ਚਾਚਾ ਆਪਦੇ ਵਾਸਤੇ ਲੈ ਕੇ ਇੱਕ ਦੋ ਲੈਣਾ ਤੇ ਲੈ ਲੈ ਓਏ ਨਾ ਦੇਈ ਪਕੌੜੇ ਕੋਈ ਨਹੀਂ ਨੀਤ ਮੜੀ ਵੇਖ ਲੈਂਦੇ ਪਹਿਲਾਂ ਉਹਦਾ ਭਾਟੀ ਵਾਲਾ ਟ੍ਰੇਡਮਾਰਕ ਹੈ ਕਿ ਨਹੀਂ ਕਿਤੇ ਨਕਲੀ ਦੇ ਦੇ ਹੁਣ ਤੈਨੂੰ ਉਹੀ ਗੱਲ ਹੋ ਗਈ ਨਾ ਦੇਤੇ ਨਕਲੀ ਹੋਣੇ ਤੈਨੂੰ ਟ੍ਰੇਡਮਾਰਕ ਹੀ ਹੈ ਨਹੀਂ ਗਾ ਜਵਾਕ ਸਮਝ ਕੇ ਤੈਨੂੰ ਉੱਲੂ ਬਣਾ ਗਿਆ ਉਹ ਖੜ ਜਾ ਮੈਂ ਜਾਂਦਾ ਉਹਦੇ ਕੋਲ ਕਿਵੇਂ ਦਿੰਦਾ ਨਕਲੀ ਪਕੌੜੇ ਸਾਡੇ ਜਵਾਕਾਂ ਨੂੰ ਮੈਂ ਹੁਣੇ ਕਰਕੇ ਆਉਣਾ ਗੱਲ ਉਹਦੇ ਨਾਲ ਠੀਕ ਹੈ ਤੂੰ ਬੈਠ ਮੈਂ ਆਉਣਾ ਅੱਜ ਬਣ ਗਈ ਦਿਹਾੜੀ ਵਧੀਆ ਬੰਦੇ ਸਾਰੇ ਪੁਰਾਣੇ ਆਉਣ ਲੱਗ ਗਏ ਮੈਨੂੰ ਲੱਗਦਾ ਹੈ ਵੀ ਆਪਣਾ ਅਖਾੜਾ ਦੁਬਾਰੇ ਫਿਰ ਜੰਮ ਜੂ ट्रेडमार्क ट्रेडमार्क है ही नहीं नकली पकौड़े देना सानू यार गाहकां नू दे दे गल होर आप कट्ठे खेडदे यार स्वाद वाली गल यार ट्रेडमार्क निकले जो ओए शर्मा तेरे नाल कादी ठगी मारनी है यार जे पाइया पाइया पकौड़िया ट्रेडमार्क पाउन लग गए तो हफ्ते च सारा टब्बर गंजा हो जाएंगे